ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਫਤਿਹ ਟੀਵੀ ਤੇ ਪ੍ਰੋਗਰਾਮ ਖੂਬ ਤੇਰੀ ਪਗੜੀ, ਜਿਸ ਵਿੱਚ ਅਸੀਂ ਹਰ ਵਾਰੀ ਵੱਖਰੇ ਤਰੀਕੇ ਦੇ ਦਮਾਲੇ, ਵੱਖਰੇ ਤਰੀਕੇ ਦੀਆਂ ਦਸਤਾਰਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਔਰ ਅੱਜ ਅਸੀਂ ਜੋ ਪੱਟੀ ਵਾਲੀ ਦਸਤਾਰ, ਜੋ ਜ਼ਿਆਦਾਤਰ ਸਿੰਘ ਸਹਿਬਾਨ ਸਾਡੇ ਤਖਤਾਂ ਤੇ ਬਣਦੇ ਹਨ, ਜਾਂ ਜੋ ਸਾਡੇ ਫੌਜੀ ਸਿੰਘ ਬਾਰਡਰਾਂ ਤੇ ਰਾਖੇ ਹਨ ਉਹ ਬਣਦੇ ਹਨ, ਸੋ ਆਓ ਕਿਸ ਢੰਗ ਦੇ ਨਾਲ ਇਹ ਪੱਟੀ ਵਾਲੀ ਦਸਤਾਰ ਬਣਨੀ ਹੈ ਇਸ ਬਾਰੇ ਜਾਣਕਾਰੀ ਹਾਸਲ ਕਰੀਏ। ਇਸ ਦੇ ਵਿੱਚ ਵੀ ਅਸੀਂ ਸਭ ਤੋਂ ਪਹਿਲਾਂ ਕੇਸਾਂ ਦੀ ਸੰਭਾਲ ਬਾਰੇ ਜਾਣਕਾਰੀ ਹਾਸਲ ਕਰਾਂਗੇ, ਕਿਉਂਕਿ ਅਸੀਂ ਹਰ ਵਾਰੀ ਜ਼ਿਆਦਾ ਜ਼ੋਰ ਲਾਇਆ ਹੈ ਕੇਵਲ ਕੇਸਾਂ ਦੀ ਸੰਭਾਲ ਵਾਸਤੇ, ਕਿਉਂਕਿ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਅੰਦਰ ਜੋ ਪਤਪੁਣੇ ਦੀ ਲਹਿਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਪਰ ਸਾਡਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਘਰ ਘਰ ਅੰਦਰ ਦਸਤਾਰ ਕਿਸ ਢੰਗ ਨਾਲ ਕੀਤੀ ਜਾ ਸਕੇ, ਔਰ ਇਹੀ ਅਸੀਂ ਇੱਕ ਤਰੀਕਾ ਵਰਤਿਆ ਹੈ ਕਿਸ ਢੰਗ ਦੇ ਨਾਲ ਅਸੀਂ ਹਰ ਵਾਰੀ ਵੱਖਰੀਆਂ ਦਸਤਾਰਾਂ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੁੰਦੇ ਹਾਂ। ਕੇਸਾਂ ਦੀ ਸੰਭਾਲ ਕਰਨ ਤੋਂ ਬਾਅਦ ਅਸੀਂ ਇੱਕ ਪੱਟੀ ਵਾਲੀ ਦਸਤਾਰ ਲੈਣੀ ਹੈ, ਜਿਸ ਦੀ ਲੰਬਾਈ 7 ਮੀਟਰ, 8 ਮੀਟਰ ਜਾਂ ਇਸ ਤੋਂ ਵਧੇਰੀ ਹੋ ਸਕਦੀ ਹੈ। ਜੋ ਅਸੀਂ ਇਹ ਦਸਤਾਰ ਬੰਨਣ ਲੱਗੇ ਹਾਂ, ਇਸ ਦੀ ਲੰਬਾਈ ਲਗਭਗ 10 ਮੀਟਰ ਹੈ। ਇਸ ਦੀ ਪੂਣੀ ਜਿਸ ਤਰ੍ਹਾਂ ਅਸੀਂ ਕਿਸੇ ਕੱਪੜੇ ਦੀ ਤੈਅ ਕਰਦੇ ਹਾਂ ਉਸ ਢੰਗ ਦੇ ਨਾਲ ਕਰਨੀ ਹੈ, ਇਸ ਲਈ ਇਸ ਨੂੰ ਪੱਟੀ ਵਾਲੀ ਦਸਤਾਰ ਜਾਂ ਅਸੀਂ ਸੁਣਿਆ ਹੈ ਟਕਸਾਲੀ ਦਸਤਾਰ ਵੀ ਇਸ ਨੂੰ ਕਹਿੰਦੇ ਹਨ। ਇਸ ਦਸਤਾਰ ਦਾ ਲੜ ਜੋ ਮੂੰਹ ਵਿੱਚ ਨਹੀਂ ਪਾਇਆ ਜਾਂਦਾ, ਇਸ ਦੀ ਬਜਾਏ ਅਸੀਂ ਸਾਹਮਣੇ ਪਾਸੇ ਤੋਂ ਇੱਕ ਲੜ ਲੈਣਾ ਹੈ ਔਰ ਸਿਰ ਉੱਪਰ ਦੀ ਕਰਕੇ ਇਸ ਨੂੰ ਰੱਖ ਕੇ ਉਸ ਦੇ ਉੱਪਰ ਦੀ ਲੜ ਲਿਆਉਣਾ ਹੈ। ਇਸ ਦਾ ਇੱਕੋ ਇੱਕ ਤਰੀਕਾ ਹੈ ਬੰਨਣ ਦਾ ਕਿ ਕੇਵਲ ਅਸੀਂ ਜੋ ਸਾਹਮਣੇ ਵਾਲੇ ਪਾਸੇ ਪੇਚ ਬਣਦੇ ਹਨ ਉਹਨਾਂ ਦਾ ਖਿਆਲ ਕਰਨਾ ਹੈ, ਔਰ ਉੱਪਰਲੇ ਪਾਸੇ 'ਚ ਪੇਚ ਸਾਡੇ ਆਪਣੇ ਆਪ ਬਣਦੇ ਜਾਣਗੇ। ਇਹਨਾਂ ਦਾ ਖਿਆਲ ਕੇਵਲ ਇੰਨਾ ਕੁ ਰੱਖਣਾ ਹੈ ਕਿ ਇਹਦੀ ਚੌੜਾਈ, ਜੋ ਇਹਨਾਂ ਵਿੱਚ ਡਿਫਰੈਂਸ ਹੈ, ਉਹ ਕੇਵਲ ਇੱਕੋ ਜਿਹਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਕੇਵਲ ਇਸ ਦਾ ਡਿਫਰੈਂਸ ਇੱਕ ਉਂਗਲ ਦਾ ਜਾਂ ਕਹਿ ਲਈਏ 1 ਸੈਂਟੀਮੀਟਰ ਦਾ ਰੱਖਦੇ ਹਾਂ ਤਾਂ ਸਾਰੇ ਪੇਚਾਂ ਵਿੱਚ 1 ਸੈਂਟੀਮੀਟਰ ਦਾ ਹੀ ਸਾਡਾ ਜੋ ਡਿਫਰੈਂਸ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਇਹ ਵੀ ਇਸ ਦਸਤਾਰ ਅੰਦਰ ਵੱਖਰਾਪਣ ਦੇਖ ਰਹੇ ਹਾਂ ਕਿ ਇਸ ਦਸਤਾਰ ਨੂੰ ਬੰਨਣ ਦੇ ਲਈ ਸਾਨੂੰ ਅੰਗੂਠੇ ਦੇ ਦਬਾਅ ਦੀ ਲੋੜ ਨਹੀਂ, ਪੇਚ ਬਣਾਉਣ ਦੀ ਲੋੜ ਨਹੀਂ, ਕੇਵਲ ਪੱਟੀ ਬਣੀ ਹੈ, ਮਤਲਬ ਪੂਣੀ ਹੋਈ ਹੈ, ਇਸ ਦਸਤਾਰ ਦੀ ਤੈਅ ਵੱਜੀ ਹੈ। ਇਸ ਪੱਟੀ ਨੂੰ ਇੱਕ ਪਾਸੇ ਰੱਖਦੇ ਜਾਣਾ ਹੈ ਔਰ ਸਾਹਮਣੇ ਪਾਸੇ ਜੋ ਪੇਚ ਤੁਸੀਂ ਦੇਖ ਰਹੇ ਹੋ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਬਣਦੇ ਜਾ ਰਹੇ ਹਨ। ਇਹੀ ਤਰੀਕਾ ਹੈ ਇਸ ਪੱਟੀ ਵਾਲੀ ਦਸਤਾਰ ਬੰਨਣ ਦਾ, ਔਰ ਇਹਦੇ ਵਿੱਚ ਵੀ ਸਾਨੂੰ ਸਮਾਂ ਬੜਾ ਥੋੜ੍ਹਾ ਲੱਗਦਾ ਹੈ। ਇਸੇ ਲਈ ਸਿੰਘ ਸਹਿਬਾਨ ਜੋ ਸਾਡੇ ਤਖਤਾਂ 'ਤੇ ਬਣਦੇ ਹਨ ਇਹ ਉਹੀ ਦਸਤਾਰ ਹੈ ਜੋ ਸਾਡੇ ਸਿੰਘ ਸਹਿਬਾਨ 5 ਤਖਤਾਂ ਦੇ ਆਪਣੇ ਸਿਰ 'ਤੇ ਸਜਾਉਂਦੇ ਹਨ, ਜਾਂ ਜੋ ਸਾਡੇ ਬਾਰਡਰਾਂ ਦੇ ਰਾਖੇ ਫੌਜੀ ਵੀਰ ਉਹ ਵੀ ਇਸ ਦਸਤਾਰ ਨੂੰ ਸਜਾਉਂਦੇ ਹਨ। ਤਰੀਕਾ ਬੜਾ ਹੀ ਆਸਾਨ ਹੈ, ਆਪ ਜੀ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਅਸੀਂ ਇਸ ਦਸਤਾਰ ਨੂੰ ਸਜਾਉਣਾ ਹੈ। ਔਰ ਖਾਸ ਤੌਰ 'ਤੇ ਇਹ ਵੱਖਰਾਪਣ ਹੈ ਕਿ ਇਹਦੇ ਵਿੱਚ ਸਾਨੂੰ ਕੋਈ ਪੇਚ ਮੋੜਨ ਦੀ ਲੋੜ ਨਹੀਂ। ਜੋ ਸਾਹਮਣੇ ਪਾਸੇ ਤੋਂ ਅਸੀਂ ਹਰ ਦਸਤਾਰ ਬੰਨਣ ਲੱਗੇ ਜਿਸਦਾ ਅਸੀਂ ਪੇਚ ਬਣਾਉਂਦੇ ਹਾਂ ਅਤੇ ਅੰਗੂਠੇ ਦੇ ਨਾਲ ਅਸੀਂ ਦਸਤਾਰ ਨੂੰ ਮੋੜਦੇ ਹਾਂ, ਉਹ ਮੋੜਨ ਦੀ ਲੋੜ ਨਹੀਂ। ਇਹ ਪੱਟੀ ਬਣੀ ਹੋਈ ਹੈ, ਕੇਵਲ ਜਿੱਥੋਂ ਅਸੀਂ ਪਹਿਲਾ ਲੜ ਰੱਖ ਦਿੱਤਾ ਉਹਦੇ ਉੱਪਰ ਦੀ ਹੀ ਸਾਰੇ ਅਸੀਂ ਪੇਚ ਲਿਆਉਂਦੇ ਹਨ, ਔਰ ਇਸੇ ਢੰਗ ਨਾਲ ਅਸੀਂ ਸਾਰੇ ਪੇਚ ਲਿਆਈ ਜਾਣੇ ਹਨ। ਔਰ ਇਸ ਦੀ ਲੰਬਾਈ ਅਸੀਂ ਆਪਣੀ ਪਸੰਦ ਨਾਲ ਰੱਖ ਸਕਦੇ ਹਾਂ, ਘੱਟ ਤੋਂ ਘੱਟ ਇਸ ਦਸਤਾਰ ਦੀ ਜੋ ਲੰਬਾਈ 7 ਮੀਟਰ ਹੋਣੀ ਜ਼ਰੂਰੀ ਹੈ। ਔਰ ਜੋ ਅਸੀਂ ਆਪ ਜੀ ਨੂੰ ਦਸਤਾਰ ਦਿਖਾ ਰਹੇ ਹਾਂ ਇਸ ਦੀ ਲੰਬਾਈ 10 ਮੀਟਰ ਦੇ ਲਗਭਗ ਹੈ, ਕਿਉਂਕਿ 10 ਮੀਟਰ ਦੀ ਦਸਤਾਰ ਦੇ ਜੋ ਪੇਚ ਹਨ ਉਹ ਲਗਭਗ 15 ਕੁ ਪੇਚ ਬਣਦੇ ਹਨ। ਇਸ ਢੰਗ ਦੇ ਨਾਲ ਇਸ ਬੜੀ ਸੁੰਦਰ ਦਸਤਾਰ, ਪੱਟੀ ਵਾਲੀ ਜਾਂ ਟਕਸਾਲੀ ਦਸਤਾਰ ਕਹਿ ਸਕਦੇ ਹਾਂ, ਇਹ ਬਣ ਚੁੱਕੀ ਹੈ। ਅਸੀਂ ਵੀ ਜੇਕਰ ਚਾਹੁੰਦੇ ਹਾਂ ਕਿ ਹਰ ਰੋਜ਼ ਜਦੋਂ ਅਸੀਂ ਘਰ ਦੀ ਦਹਿਲੀਜ਼ ਤੋਂ ਬਾਹਰ ਜਾਈਏ, ਬਾਜ਼ਾਰ ਦੇ ਵਿੱਚ ਜਾਈਏ,
ਤੇ ਅਸੀਂ ਵੀ ਹਰ ਰੋਜ਼ ਵੱਖਰੇ ਢੰਗ ਦੀ ਰੋਜ਼ ਦਸਤਾਰ ਸਜਾ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਹਰ ਵਾਰੀ ਆਪ ਜੀ ਦੇ ਸਾਹਮਣੇ ਵੱਖਰੀ ਦਸਤਾਰ ਲੈ ਕੇ ਆਉਂਦੇ ਹਾਂ ਕਿ ਕਿਸ ਢੰਗ ਦੇ ਨਾਲ ਅਸੀਂ ਹਰ ਰੋਜ਼ ਸਟਾਈਲ ਬਦਲ ਬਦਲ ਕੇ, ਤਰੀਕੇ ਬਦਲ ਬਦਲ ਕੇ ਦਸਤਾਰ ਸਜਾ ਸਕਦੇ ਹਾਂ, ਕਿਉਂਕਿ ਸਿੱਖ ਦੀ ਪਹਿਚਾਣ ਦਸਤਾਰ ਤੋਂ ਬਿਨਾਂ ਨਹੀਂ। ਸਿੱਖ ਦੀ ਜਾਨ ਹੈ ਦਸਤਾਰ, ਸਿੱਖ ਦੀ ਪਹਿਚਾਣ ਹੈ ਦਸਤਾਰ, ਸਿੱਖ ਦੀ ਆਣ ਹੈ ਦਸਤਾਰ, ਸਿੱਖ ਦੀ ਸ਼ਾਨ ਹੈ ਦਸਤਾਰ। ਸੋ ਇਸ ਲਈ ਸਿੱਖ ਲਈ ਜ਼ਰੂਰੀ ਫਰਜ਼ ਇਹ ਹੈ ਕਿ ਉਸਦੇ ਸਿਰ 'ਤੇ ਦਸਤਾਰ ਸਜਣੀ ਬਹੁਤ ਹੀ ਜ਼ਰੂਰੀ ਹੈ। ਸੋ ਇਹ ਸੀ ਪੱਟੀ ਵਾਲੀ ਦਸਤਾਰ, ਜਾਂ ਕਹਿ ਲਈਏ ਟਕਸਾਲੀ ਦਸਤਾਰ। ਸੋ ਅਗਲੇ ਵਾਰ ਅਸੀਂ ਫਿਰ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਜੋ ਪੱਟੀ ਵਾਲੀ ਦਸਤਾਰ ਸਿੱਖੀ ਹੈ, ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਕਿਸ ਢੰਗ ਦੇ ਨਾਲ ਅਪਣਾਉਣਾ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।